ਗੁਰਜਤਿੰਦਰ ਸਿੰਘ ਰੰਧਾਵਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਹੁਣੇ ਹੁਣੇ ਇਲੈਕਸ਼ਨਾਂ ਹੋ ਗਈਆਂ ਟੀਆਂ ਅਸੈਂਬਲੀ ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਬਹੁਤ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਜਿਹੜੀ ਆ ਜੇਤੂ ਕਰਾਰ ਦਿੱਤੀ ਗਈ ਹੈ ਲੋਕਾਂ ਨੇ ਬੜਾ ਫਤਵਾ ਦਿੱਤਾ ਹੁਣ ਇਸ ਤੋਂ ਬਾਅਦ 31 ਤਰੀਕ ਨੂੰ ਇੱਥੋਂ ਰਾਜ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਜਿਵੇਂ ਕਿ ਤੁਹਾਨੂੰ ਪਤਾ ਕਿ 5 ਰਾਜ ਸਭਾ ਮੈਂਬਰ ਜਿਹੜੇ ਆ ਰਿਟਾਇਰ ਹੋਣ ਲੱਗੇ ਆ ਜਿਨ੍ਹਾਂ ਵਿੱਚ ਸੁਖਦੇਵ ਸਿੰਘ ਢੀਂਡਸਾ ਪ੍ਰਤਾਪ ਸਿੰਘ ਬਾਜਵਾ ਸ਼ਵੇਤ ਮਲਿਕ ਨਰੇਸ਼ ਗੁਜਰਾਲ ਅਤੇ ਸ਼ਮਸ਼ੇਰ ਸਿੰਘ ਤੂਲੋਂ ਇਹ ਜਿਹੜੇ ਮੈਂਬਰ ਆ ਉਸ ਤੋਂ ਬਾਅਦ ਉਹਨਾਂ ਨੂੰ ਫਿਲ ਕਰਨ ਲਈ 31 ਮਾਰਚ ਨੂੰ ਇਲੈਕਟ੍ਰੋਲ ਜਿਹੜਾ ਸਿਸਟਮ ਆ ਉਹ ਸ਼ੁਰੂ ਹੋ ਚੁੱਕਿਆ 14 ਤਰੀਕ ਨੂੰ ਜਿਹੜਾ ਸੀਗਾ ਉਹਦਾ ਨੋਟੀਫਿਕੇਸ਼ਨ ਹੋਇਆ ਸੀ ਵੈਲ ਉਸ ਤੋਂ ਬਾਅਦ ਨੋਮੀਨੇਸ਼ਨ ਜਿਹੜੀ ਹੈਗੀ ਆ ਉਹ 21 ਤਰੀਕ ਤੱਕ ਭਰੀਆਂ ਜਾਣੀਆਂ ਸਕੂਟਨੀ ਜਿਹੜੀ ਆ ਮਾਰਚ 22 ਨੂੰ ਜਾਣੀ ਆ ਅਤੇ ਉਸ ਤੋਂ ਬਾਅਦ ਜਿਹੜਾ ਇੱਕ ਅੱਧੇ ਦਿਨ ਦੇ ਵਿੱਚ ਜਿਹੜਾ ਉਹ ਵਿਦਡਰਾਲ ਕਰਨ ਦਾ ਵੀ ਨੋਟਿਸ ਹੋ ਜਾਏਗਾ ਹੁਣ ਚੱਕਰ ਇਹ ਆ ਕਿ ਇਸ ਵੇਲੇ ਜਿਹੜੀ ਪਾਰਟੀ ਆ ਉਹ ਆਮ ਆਦਮੀ ਪਾਰਟੀ ਦੀ ਉੱਥੇ ਸਰਕਾਰ ਆ ਜ਼ਾਹਰ ਹੈ ਕਿ ਜਿਹੜੀਆਂ ਇਲੈਕਸ਼ਨ ਆ ਉਹ 5 ਦੇ 5 ਸੀਟਾਂ ਜਿਹੜੀਆਂ ਉਹ ਰਾਜ ਸਭਾ ਮੈਂਬਰ ਦੀਆਂ ਉਹ ਆਮ ਆਦਮੀ ਪਾਰਟੀ ਨੂੰ ਜਾਣਗੀਆਂ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਉਹ ਇਸ ਵੇਲੇ ਚਾਹ ਰਹੀ ਆ ਕਿ ਜਿਹੜੇ ਕੁਛ ਉਹਨਾਂ ਦੇ ਹਾਈ ਕਮਾਂਡ ਦੇ ਲੀਡਰ ਆ ਜਿਹੜੇ ਦਿੱਲੀ ਬੈਠੇ ਆ ਜਾਂ ਆਊਟ ਆਫ ਸਟੇਟ ਬੈਠੇ ਆ ਉਹਨਾਂ ਨੂੰ ਪੰਜਾਬ ਤੋਂ ਰਾਜ ਸਭਾ ਦੀਆਂ ਜਿਹੜੀਆਂ ਚੋਣਾਂ ਉਹ ਲੜਾਈਆਂ ਜਾਣ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਪੰਜਾਬ ਤੋਂ ਰਾਜ ਸਭਾ ਮੈਂਬਰ ਜਿਹੜੇ 5 ਹੈਗੇ ਆ ਉਹ ਬਾਹਰਲੀਆਂ ਸਟੇਟਾਂ 'ਚੋਂ ਆ ਗਏ ਜਾਂ ਬਾਹਰੋਂ ਆਣ ਕੇ ਇੱਥੋਂ ਜਿੱਤਣ ਇਸ ਬਾਰੇ ਜ਼ਰੂਰ ਸੋਚਣ ਦੀ ਲੋੜ ਆ ਕਿਉਂਕਿ ਇਸ ਵੇਲੇ ਬਹੁਤ ਸਾਰੇ ਅਜਿਹੇ ਲੀਡਰ ਜਿਹੜੇ ਆ ਪੰਜਾਬ 'ਚ ਹੈਗੇ ਆ ਜਿਹੜੇ ਕਿ ਪੰਜਾਬ 'ਚੋਂ ਹੀ ਰਾਜ ਸਭਾ ਮੈਂਬਰ ਦੀ ਚੋਣ ਵਿੱਚ ਚੋਣ ਲੜਨ ਲਈ ਉਹ ਐਗਰੀ ਕਰਦੇ ਆ ਉਹਨਾਂ ਵਿੱਚ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਆ ਚਾਹੇ ਉਹ ਅਸੀਂ ਚਾਹਾਂਗੇ ਕਿ ਜਿਹੜੇ ਪੰਜਾਬ ਦੇ ਬਛਿੰਦੇ ਆ ਉਹ ਹੀ ਪੰਜਾਬ 'ਚੋਂ ਇਲੈਕਸ਼ਨ ਲੜਨ ਨਾ ਕਿ ਬਾਹਰੋਂ ਆਣ ਕੇ ਕੋਈ ਰਾਜ ਸਭਾ ਦਾ ਮੈਂਬਰ ਬਣੇ ਧੰਨਵਾਦ ਇਸ ਬਾਰੇ ਜ਼ਰੂਰ ਸੋਚਿਓ